ਜਿਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ, ਜਿਹੜਾ ਮੇਰਾ ਵਾਅਦਾ ਸੀ ਕਿ ਮੇਰਾ ਛੋਟਾ ਭਾਈ ਰਾਜਾ ਅਮਰਿੰਦਰ ਸਿੰਘ ਵੜਿੰਗ ਪਾਰਟੀ ਨੇ ਇੱਥੇ ਐਜ਼ ਅ ਕਾਂਗਰਸ ਦੇ ਕੈਂਡੀਡੇਟ ਕਰੇ ਨੇ, ਪਿੰਟੂ ਜੀ ਨੇ ਪਹਿਲੇ ਮੈਨੂੰ ਚੈਲੇਂਜ ਕੀਤਾ ਸੀ ਕਿ ਤੁਸੀਂ ਆਓ। ਪਤਾ ਹੁੰਦੇ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸੂਬੇ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਜ਼ਿੰਦਗੀ ਦੇ ਅਖੀਰਲੇ ਸਾਲ ਮੈਂ ਸੂਬੇ ਦੇ ਭਲੇ ਵਾਸਤੇ ਅਤੇ ਸੂਬੇ ਦੀ ਸੇਵਾ ਕਰਨ ਵਾਸਤੇ ਮੈਂ ਆਲਰੇਡੀ ਇਹ ਆਪਣਾ ਪੋਲੀਟੀਕਲ ਆਪਣੀ ਜਿਹੜੀ ਗੱਲ ਸੀ ਇਹ ਕਲੀਅਰ ਕਰ ਦਿੱਤੀ ਸੀ ਜਦੋਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ 2022 ਦੇ ਵਿੱਚ ਮਾਰਚ ਦੇ ਵਿੱਚ ਮੈਂ ਰਿਜ਼ਾਈਨ ਦਿੱਤਾ ਰਾਜ ਸਭਾ ਤੋਂ। ਮੇਰੀ ਅਜੇ ਟਰਮ ਦੇ ਵਿੱਚ ਅਜੇ 2-3 ਮਹੀਨੇ ਰਹਿੰਦੇ ਸੀ ਖਤਮ ਹੋਣ। ਉਸ ਟਾਈਮ ਮੇਰੀ ਕਮਿਟਮੈਂਟ ਸੀ ਆਪਣੇ ਲੋਕਾਂ ਦੇ ਨਾਲ ਕਿ ਜ਼ਿੰਦਗੀ ਦਾ ਲਾਸਟ ਫੇਜ਼ ਜਿਹੜਾ ਮੈਂ ਆਪਣੇ ਸੂਬੇ ਦੀ ਅਤੇ ਆਪਣੇ ਏਰੀਏ ਦੀ ਸੇਵਾ ਵਾਸਤੇ ਪੰਜਾਬ ਨੂੰ ਸਮਰਪਿਤ ਕਰਾਂ। ਐਤਕੀ ਇਹਨਾਂ ਨੇ ਮੈਨੂੰ ਚੈਲੇਂਜ ਕੀਤਾ ਕਿ ਤੁਸੀਂ ਲੜੋ ਆ ਕੇ, ਅਤੇ ਤੁਹਾਨੂੰ ਪਤਾ ਹੋਏਗਾ ਟ੍ਰੈਡੀਸ਼ਨਲੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ, ਬਿੱਟੂ ਜੀ ਤੁਹਾਨੂੰ ਹੀ ਪਤਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨੀ, ਜੇ ਲੜਨੀ ਹੁੰਦੀ ਤਾਂ ਮੈਂ ਤੁਹਾਡਾ ਰਾਂਝਾ ਰਾਜ਼ੀ ਕਰ ਦੇਣਾ, ਪਰ ਤੁਸੀਂ ਐਂ ਕਰੋ ਪੁਰਾਣੇ ਵਕਤ ਜਿਹੜੇ ਰੁਸਤਮ ਹਿੰਦ ਦਾਰਾ ਸਿੰਘ ਸਨ ਉਹਨਾਂ ਨੂੰ ਜਦੋਂ ਵੀ ਕੋਈ ਮਾੜਾ ਮੋਟਾ ਭਲਵਾਨ ਉਹਨਾਂ ਨੂੰ ਚੈਲੰਜ ਕਰਦਾ ਸੀ ਤਾਂ ਉਹ ਕਹਿੰਦੇ ਸੀ ਐਂ ਕਰ ਮੇਰਾ ਛੋਟਾ ਭਰਾ ਜਿਹਨਾਂ ਦਾ ਨਾਂ ਰੰਧਾਵਾ ਸੀ ਪਹਿਲੇ ਰੰਧਾਵੇ ਨਾਲ ਘੁੱਲ ਲੈ, ਜੇ ਉਹਨੂੰ ਢਾਲੇਗਾ ਫਿਰ ਮੇਰੇ ਨਾਲ। ਤੇ ਮੈਂ ਉਦੋਂ ਵਾਅਦਾ ਕੀਤਾ ਸੀ ਕੋਈ ਚੰਗਾ ਕਾਂਗਰਸ ਦਾ ਕੈਂਡੀਡੇਟ ਅਸੀਂ ਲੈ ਕੇ ਆਵਾਂਗੇ ਜਿਹੜਾ ਬਿੱਟੂ ਸਾਹਿਬ ਦੀ ਚੰਗੀ ਤਰ੍ਹਾਂ ਇੱਥੋਂ ਸਿਆਸੀ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕੇ। ਮੈਂ ਮਸ਼ਕੂਰ ਹਾਂ ਰਾਜਾ ਵੜਿੰਗ ਜੀ ਆਏ ਨੇ, ਮੈਂ ਜਿਹੜਾ ਵਾਅਦਾ ਕੀਤਾ ਕਿ ਲੁਧਿਆਣੇ ਮੈਂ ਆਪਣਾ ਬੇਸ ਸ਼ਿਫਟ ਕਰਾਂਗਾ ਮੈਂ ਇੱਥੇ ਆ ਕੇ ਸ਼ਿਫਟ ਕਰ ਗਿਆ। ਮੈਂ ਬਿੱਟੂ ਸਾਹਿਬ ਨੂੰ ਦੱਸਣਾ ਕਿਸੇ ਮੈਂ ਹੋਟਲ 'ਚ ਨਹੀਂ ਠਹਿਰਿਆ, ਮੈਂ ਇੱਥੇ ਕਿਸੇ ਆਪਣੇ ਵਾਕਫ ਦੋਸਤ ਦੇ ਘਰ ਦੇ ਵਿੱਚ ਆ ਕੇ ਹੁਣ ਡੇਰਾ ਲਾਇਆ। ਇੱਕ ਤਾਂ ਸਾਰਿਆਂ ਨੂੰ ਪਹਿਲੇ ਕਿ ਪੰਜਾਬ ਦਾ ਸੈਂਟਰ ਜਿਹੜਾ ਲੁਧਿਆਣਾ ਹੈ ਇੱਥੋਂ ਕਿਸੇ ਵੀ ਸਿਆਸੀ ਸੀਟ 'ਤੇ ਸ਼ਿਫਟ ਜਾਣਾ ਹੋਏ ਤੁਸੀਂ ਆਪਣੀ ਇਲੈਕਸ਼ਨ ਲੜਨ ਵਾਸਤੇ ਤਾਂ ਮੱਚ ਈਜ਼ੀਅਰ ਹੈ ਇੱਥੋਂ ਜਾਣਾ, ਲੁਧਿਆਣੇ ਤੋਂ ਹੀ ਜਾਇਆ ਕਰਾਂਗੇ ਜਿੱਥੇ ਵੀ ਆਪਣੇ ਕੈਂਡੀਡੇਟਸ ਦੇ ਕਾਗਜ਼ ਭਰਾਉਣੇ ਨੇ ਜਾਂ ਕੰਪੇਨਿੰਗ ਕਰਨੀ ਹੈ। ਸ਼ਾਮ ਨੂੰ ਫਿਰ ਡੇਰਾ ਇੱਥੇ ਹੀ ਹੋਇਆ ਕਰੇਗਾ। ਅੱਜ 6:30 ਵਜੇ ਸੁਰਿੰਦਰ ਡਾਬਰ ਜੀ ਦੇ ਏਰੀਏ ਦੇ ਵਿੱਚ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਵਿੱਚ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ ਅਤੇ ਵੜਿੰਗ ਸਾਹਿਬ ਨੂੰ ਦਿੱਤਾ। ਸੋ ਅਸੀਂ ਪਹਿਲੀ ਆਪਣੀ ਜੁਆਇੰਟ ਮੀਟਿੰਗ ਜਿਹੜੀ ਹੈ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਲੁਧਿਆਣੇ ਦੇ ਵਿੱਚ ਅੱਜ 6:30 ਵਜੇ ਉੱਥੇ ਜਾ ਕੇ ਸਾਰੇ ਆਪਣੇ ਸਾਥੀਆਂ ਨੂੰ ਅਤੇ ਲੁਧਿਆਣੇ ਦੇ ਵਿਸ਼ੇਸ਼ ਤੌਰ 'ਤੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਣੀ ਅਪੀਲ ਜਿਹੜੀ ਹੈ ਉਹਨਾਂ ਦੇ ਸਾਹਮਣੇ ਰੱਖਾਂਗੇ। ਸੋ ਇੰਨਾ ਹੀ ਅੱਜ ਸਾਰੇ ਜਿਹੜੇ ਪ੍ਰੈਸ ਦੇ ਸਾਥੀ ਨੇ ਮੈਂ ਉਹਨਾਂ ਨੂੰ ਦੱਸਣ ਵਾਸਤੇ ਕਿਹਾ, ਤੁਹਾਡੇ ਕੋਲ ਡਰੈਸ ਵੀ ਆ ਗਿਆ, ਡੇਰਾ ਵੀ ਮੇਰਾ ਪਰਮਾਨੈਂਟ ਤੌਰ 'ਤੇ ਹੁਣ ਇੱਥੇ ਹੋਏਗਾ। ਜੇ ਮੈਨੂੰ ਦਿਨ ਦੇ ਵਕਤ ਕਿਤੇ ਵੀ ਕਿਸੇ ਪਾਰਲੀਮੈਂਟ ਸੀਟ 'ਤੇ ਜਾਣਾ ਹੋਏਗਾ ਤਾਂ ਸ਼ਾਮ ਨੂੰ ਇੱਥੇ ਹੀ ਆ ਜਾਇਆ ਕਰਾਂਗੇ। ਅਤੇ ਡਟ ਕੇ ਮੈਨੂੰ ਪੂਰਨ ਰਾਸ ਹੈ ਕਿ ਲੁਧਿਆਣਾ ਜਿਹੜਾ ਹਮੇਸ਼ਾ ਕਾਂਗਰਸ ਦਾ ਗੜ੍ਹ ਰਿਹਾ, ਐਤਕੀ ਵੀ ਉਸ ਵਿਅਕਤੀ ਜਿਹਨੇ ਆਪਣੀ ਮਾਂ ਦੀ ਪਿੱਠ ਛੁਰਾ ਮਾਰਿਆ,
ਐਂਡ ਪੰਜਾਬ ਦੀ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਮਰਦਾਂ ਨਾਲ ਖਲੋਣ ਵਾਲੀ ਇਹ ਧਰਤੀ ਹੈ, ਸੂਰਬੀਰਾਂ ਨਾਲ ਖਲੋਣ ਵਾਲੀ ਇਹ ਧਰਤੀ ਹੈ, ਜ਼ੁਬਾਨ ਤੇ ਖੜੇ ਹੋਣ ਵਾਲਿਆਂ ਨਾਲ ਤੇ ਅਸੂਲੀ ਲੋਕਾਂ ਦੀ ਇਹ ਧਰਤੀ ਹੈ ਤੇ ਕਦਰ ਵੀ ਉਹਨਾਂ ਦੀ ਪਾਉਂਦੇ ਨੇ। ਸੋ ਮੈਂ ਆਪਣਾ ਰੋਲ ਅਦਾ ਕਰਦੇ ਹੋਏ ਇੱਥੇ ਪਹੁੰਚ ਗਿਆ। ਜੇ ਕਿਸੇ ਮੇਰੇ ਪ੍ਰੈਸ ਤੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਤਾਂ ਮੈਂ ਲੈ। ਸਰ ਮੈਂ ਇੱਕ ਮੇਰਾ ਸਵਾਲ ਥੋੜਾ ਜਿਹਾ ਸਵਾਲ ਲੰਬਾ ਵੀ ਕਰ ਲੂ, ਇਹ ਤਾਂ ਚਲੇ ਗਏ ਲੇਕਿਨ ਕਦੇ ਕਾਂਗਰਸ ਨੇ ਇੰਟਰੋਸਪੈਕਟ ਕੀਤਾ ਕਿ ਕਿਉਂ ਲਾ ਰਹੇ ਨੇ, ਕਦੇ ਇੰਟਰੋਸਪੈਕਟ ਕੀਤਾ ਕਿ ਵੀ ਇਹ ਇਕੱਲਾ ਇਹ ਨਹੀਂ ਗਿਆ, ਪਹਿਲਾਂ ਉਹ ਜਿਹੜਾ ਬੀਜੇਪੀ ਦੇ ਪ੍ਰੈਜੀਡੈਂਟ ਹੈ ਸਟੇਟ ਠਾਕੁਰ ਵੀ ਗਏ ਆ, ਪਰ ਫਤਿਹਗੜ੍ਹ ਸਾਹਿਬ ਵਾਲੇ ਵੀ ਗਏ ਆ, ਬਹੁਤ ਲੋਕੀ ਗਏ ਆ, ਕੈਪਟਨ ਅਮਰਿੰਦਰ ਸਿੰਘ ਵੀ ਗਏ, ਵਾਟ ਇਜ਼ ਦਾ ਰੀਜ਼ਨ ਫੋਰ ਦੈਟ? ਦੇਖੋ ਰੀਜ਼ਨ ਉਹਦੇ ਵਿੱਚ ਸਿੱਧੇ ਤੌਰ ਇਹ ਹੈ ਕਿ ਉਨਾ ਚਿਰ ਇਹਨਾਂ ਨੂੰ ਜਮਾਤ ਪਸੰਦ ਹੈ ਜਿੰਨਾ ਚਿਰ ਇਹ ਤੱਕ ਚ ਰਿਹਾ ਸਰ। ਜਾਖੜ ਸਾਹਿਬ ਪ੍ਰਧਾਨਗੀ ਤੋਂ ਉਤਾਰੇ, ਜਾਖੜ ਸਾਹਿਬ ਨੂੰ ਇਹ ਖੁਸ਼ ਫਹਿਮੀ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਉਣਾ, ਕਿਸੇ ਨੇ ਖੁਸ਼ ਫਹਿਮੀ ਪਾਈ ਸੀ? ਨਾ ਕਿਤੇ ਕੋਈ ਵੋਟਿੰਗ ਹੋਈ ਸੀ, ਨਾ ਕੋਈ CLP ਦੀ ਮੀਟਿੰਗ ਹੋਈ ਸੀ, ਨਾ ਇਹਨਾਂ ਨੂੰ ਮੈਜੋਰਿਟੀ ਉਹਦੇ ਵਿੱਚ ਮਿਲੀ ਸੀ। ਹੇਅਰ ਸੇ ਤੇ ਇਹਨਾਂ ਨੇ ਫੈਸਲਾ ਕਰ ਲਿਆ, ਇਹਨਾਂ ਲੋਕਾਂ ਨੇ ਕਿਹਾ ਤਾਂ ਸ਼ਾਇਦ ਇੰਨਿਆਂ ਵਿੱਚੋਂ ਇੰਨੇ ਲੋਕ ਤੁਹਾਡੇ ਨਾਲ ਸਨ, ਉਸ ਗੁੱਸੇ ਵਿੱਚ ਇਹ ਚਲੇ ਗਏ। ਕੈਪਟਨ ਅਮਰਿੰਦਰ ਸਿੰਘ 10 ਸਾਲ, ਦੇਖੋ 98 ਦੇ ਵਿੱਚ ਇਹ ਕਾਂਗਰਸ ਜੁਆਇਨ ਕਰਦੇ ਨੇ, 99 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਲੈਂਦੇ। ਜਿਹੜਾ ਆਦਮੀ 1984 ਛੱਡ ਕੇ ਗਿਆ 14 ਸਾਲ ਬਾਅਦ ਆਉਂਦਾ, 1 ਸਾਲ ਬਾਅਦ ਉਹ ਪਹਿਲੀ ਪਾਰਲੀਮੈਂਟ ਦੀ ਪਹਿਲੇ ਇਲੈਕਸ਼ਨ 98 ਚ ਲੜਦੇ ਨੇ, ਪ੍ਰੇਮ ਸਿੰਘ ਚੰਦੂਮਾਜਰਾ ਜੀ ਕੋ ਹਾਰਦੇ ਨੇ। ਇਨ ਸਪਾਈਟ ਆਫ ਦੈਟ ਡਿਫੀਟ ਸ਼ੀ ਵਾਜ਼ ਸੋ ਮੈਗਨੈਨਿਮਸ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦਿੱਤਾ, ਮੌਕਾ ਦਿੱਤਾ, 2 ਵਾਰ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, 3 ਵਾਰ ਉਹ PCC ਦੇ ਪ੍ਰਧਾਨ ਬਣੇ। ਜਦੋਂ ਅਖੀਰ ਪਾਰਟੀ ਹੀ ਮੋਦੀ ਸਾਰਿਆਂ ਨੂੰ ਲੀਡਰਸ਼ਿਪ ਦਿੰਦੀ, ਹੁਣ ਇਹਨਾਂ 'ਚ ਕਈਆਂ 'ਚ ਮੈਂ ਸੁਣਿਆ ਕੋਈ ਕਹਿੰਦਾ ਮੇਰੀ ਟਿਕਟ ਕੱਟ ਲਈ, ਇਹ ਕਿਸੇ ਦੀ ਕੋਈ ਰਜਿਸਟਰੀ ਕਰਾਈ ਜਾਇਦਾਦ ਨਹੀਂ, ਟਿਕਟਾਂ ਪਾਰਟੀਆਂ ਦੀਆਂ, ਪਾਰਟੀ ਲੀਡਰਸ਼ਿਪ ਹੁਣ ਮੌਜੂਦਾ ਜਿਹੜੇ 303 MP ਸਨ ਭਾਰਤੀ ਜਨਤਾ ਪਾਰਟੀ ਦੇ ਨੇ, 100 ਸਿਟਿੰਗ MP ਉਹਨਾਂ ਨੇ ਕੱਟ, ਦਿੱਲੀ ਦੇ ਸੱਤਾਂ ਵਿੱਚੋਂ 6 ਕੱਟ, ਹੁਣ ਇੱਥੇ ਤੇ ਕਿਸੇ ਨੂੰ ਕੱਟਿਆ ਵੀ ਨਹੀਂ ਸੀ ਜੀ। ਹੁਣ ਇਹਦੇ ਵਿੱਚ ਇੱਕੋ ਪ੍ਰੋਬਲਮ ਹੈ ਅਨਫੋਰਚੁਨੇਟਲੀ ਕਿ ਕਾਂਗਰਸ ਨਾ ਦਿੱਲੀ ਦੀ ਸੱਤਾ ਵਿੱਚ ਨਾ ਪੰਜਾਬ, ਜਿੰਨੀਆਂ ਨਵੀਆਂ ਜਮਾਤਾਂ ਆਈਆਂ ਨੇ ਕਿਸੇ ਨਾ ਕਿਸੇ ਕਾਰਨ, ਜਿਹਦੇ ਵਿੱਚ ਵੱਡਾ ਕਾਰਨ ਤੇ ਜਿਹੜਾ ਸਾਨੂੰ ਛੱਡ ਕੇ ਗਏ ਨੇ ਉਹ ਨੇ ਜਿਨ੍ਹਾਂ ਦੇ ਵਿਜੀਲੈਂਸ ਦੇ ਕੇਸਿਸ, ਵਿਜੀਲੈਂਸ ਦੇ ਕੇਸਿਸ ਨੇ, ਬਾਹਾਂ ਮਰੋੜ ਕੇ ਤੇ ਜੇਬਾਂ ਭਰ ਕੇ 2 ਕੰਮ ਇਹਨਾਂ ਨਾਲ ਹੀ ਕੀਤੇ, ਸਟਿਕ ਐਂਡ ਕੈਰਟ ਪਾਲਿਸੀ ਜਿਹੜੀ ਅੰਗਰੇਜ਼ੀ ਦੀ ਕਹੀ ਜਾਂਦੀ ਹੈ, ਸਟਿਕ ਇੱਕ ਹੱਥ ਸੋਟੀ ਤੇ ਦੂਜੇ ਚ ਗਾਜਰ, ਵਿਜੀਲੈਂਸ ਦੀ ਸੋਟੀ ਤੇ ਨੀਲੇ ਰੰਗ ਦੇ ਨੋਟਾਂ ਦੀ ਕੈਰਟ, ਇਹ ਦੋਨੋਂ ਚੀਜ਼ਾਂ ਨੇ ਬੰਦੇ ਸਾਡੇ ਕੋਲ ਤੋੜ ਕੇ ਖੜੇ ਨੇ। ਸੋ ਅਸੂਲ ਤੇ ਬੇਅਸੂਲੇ ਲੋਕ ਸ਼ੁਰੂ ਤੋਂ ਰਹੇ ਨੇ, ਕੋਈ ਨਵੇਂ ਨਹੀਂ ਰਹੇ। ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ, ਆਪਾਂ ਰਵਨੀਤ ਸਿੰਘ ਬਿੱਟੂ ਜੀ ਦੀ ਗੱਲ ਹੀ ਕਰ, ਪਹਿਲੇ ਬਿੱਟੂ ਜੀ ਦੀ ਪਛਾਣ ਕੀ ਹੈ ਮੈਨੂੰ ਤਾਂ ਪਹਿਲੇ ਇਹ ਦੱਸੋ। ਕੋਈ ਪਛਾਣ ਨਹੀਂ, ਇਹਨਾਂ ਦੀ ਪਛਾਣ ਕੱਲੀ ਇਹਨਾਂ ਦੇ ਸਵਰਗਵਾਸੀ ਦਾਦਾ ਜੀ ਸਾਹਿਬ ਬੇਅੰਤ ਸਿੰਘ ਜੀ ਦੇ ਘਰ। ਪਾਰਟੀ ਨੇ ਸਾਹਿਬ ਬੇਅੰਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਜਸਵੰਤ ਕੌਰ ਜੀ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ। ਉਸ ਤੋਂ ਬਾਅਦ ਬਿੱਟੂ ਜੀ ਦੇ ਤਾਇਆ ਜੀ ਨੂੰ
ਲੰਬਾ ਅਰਸਾ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ, ਫਿਰ ਬਿੱਟੂ ਜੀ ਦੀ ਭੂਆ ਜੀ ਨੂੰ ਗੁਰਕਮਲ ਜੀ ਨੂੰ ਮਨਿਸਟਰ ਰੱਖਿਆ, ਫਿਰ ਇਹਨਾਂ ਦੇ ਤਾਏ ਦੇ ਭਾਈ ਨੂੰ ਸਾ ਗੁਰਕੀਰਤ ਸਿੰਘ ਨੂੰ ਮਨਿਸਟਰ ਬਣਾਇਆ। ਬਿੱਟੂ ਜੀ ਨੂੰ ਜਦੋਂ ਪਤਾ ਸੀ ਜੋ ਇਹਨਾਂ ਨੇ ਲੁਧਿਆਣੇ ਚ ਦੋ ਵਾਰ ਕੀਤਾ, ਪਹਿਲੀ ਵਾਰ ਚ ਹੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਨਾ ਤੇ ਕਿਸੇ ਦਾ ਟੈਲੀਫੋਨ ਚੁੱਕੇ, ਇਹ ਮੌਕੇ ਤੇ ਆ ਕੇ ਗੋਡਿਆਂ ਨੂੰ ਗਿੱਟਿਆਂ ਨੂੰ ਹੱਥ ਲਾਉਂਦਾ ਤੇ ਡੰਡੌਤ ਵੀ ਕਰਦਾ। ਕੱਲ ਮੈਂ ਇਹਨੂੰ ਲੰਮੇ ਪਏ ਡੰਡੌਤ ਕਰਦੇ ਵੇਖੇ, ਡੰਡੌਤ ਪੰਜ ਮਿੰਟ ਹੀ ਕਰਦਾ ਤੇ ਉਦੋਂ ਹੀ ਪਤਾ ਲੱਗਦਾ ਜੋ ਡੰਡੌਤ ਕਰਦੇ, ਫਿਰ ਅਗਲੇ ਦੇ ਜਿੱਦਾਂ ਦੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਦਾ ਉਸੇ ਪੈਰ ਨੂੰ ਹੀ ਹੱਥ ਨਾਲ ਖਿੱਚਦਾ। ਅਜੇ ਤੇ ਉਹਨਾਂ ਨੂੰ ਅਜੇ ਹੱਥ ਨਹੀਂ ਲੱਗੇ ਉਹਨਾਂ ਦੇ, ਜਦੋਂ ਗਾਂਹ ਲੱਗਣਗੇ ਇਲੈਕਸ਼ਨ ਬਾਅਦ ਫੇਰ ਪਤਾ ਲੱਗੇਗਾ। ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ, ਇਹਨਾਂ ਨੂੰ ਸੇਫ ਐਗਜ਼ਿਟ ਦਿੱਤਾ ਗਿਆ ਕਿ ਅਨੰਦਪੁਰੋਂ ਜਿੱਤਣੇ ਨਹੀਂ ਲੁਧਿਆਣੇ ਜਿੱਤੋ। ਐਤਕੀ ਬਿੱਟੂ ਜੀ ਨੂੰ ਇਹ ਪਤਾ ਸੀ ਕਿ ਮੈਂ ਕਾਰਨਾਮੇ ਕੀ ਕੀਤੇ ਨੇ, ਮੈਂ ਜਿੱਤ ਨਹੀਂ ਪਾਣਾ। ਹੀ ਵਾਜ਼ ਆਲਰੇਡੀ ਇਨ ਟੱਚ ਵਿਦ ਦੀ ਬੀਜੇਪੀ ਫੋਰ ਦੀ ਲਾਸਟ 6-7 ਮੰਥਸ। ਹੁਣ ਇੱਥੇ ਵੱਡੀ ਗੱਲ ਇਹ ਹੈ, ਹੁਣ ਬਿੱਟੂ ਜੀ ਨੇ ਚੂਜ਼ ਕੀਤਾ, ਇੱਕ ਹੁੰਦਾ ਪਾਥ ਜਿਹੜਾ ਸੱਚਾਈ ਦਾ ਪਾਥ ਹੁੰਦਾ, ਇੱਕ ਆਈਡੀਓਲੋਜੀ ਦਾ ਪਾਥ ਹੁੰਦਾ। ਇਹਨਾਂ ਨੇ ਪਾਥ ਚੂਜ਼ ਕੀਤਾ ਜਿਹਦੇ ਵਿੱਚ ਸਰਕਾਰੀ ਕੋਠੀਆਂ, ਜ਼ੈਡ ਪਲੱਸ ਸਿਕਿਉਰਿਟੀ, ਗਵਰਨਮੈਂਟ ਦੀ ਅਮੈਨਿਟੀਜ਼ ਜਿਹੜੀਆਂ ਉਹਨਾਂ ਨੂੰ ਇਹ ਕੋਲ ਰੱਖ ਸਕਣ। ਰੱਖਣ ਦਾ ਇੱਕੋ ਢੰਗ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਢੋਲਕ ਰੱਖਣ। ਫਿਰ ਇਹਨਾਂ ਦੇ ਛੋਟੇ ਭਾਈ ਜਿਹੜੇ, ਹੁਣ ਮੈਂ ਇਸ ਤੇ ਬਹੁਤੀ ਡਿਟੇਲ ਚ ਨਹੀਂ ਜਾਣਾ, ਬਟ ਉਹਨਾਂ ਨੂੰ ਵੀ ਡੀਐਸਪੀ ਭਰਤੀ ਕੀਤਾ। ਜੇ ਬਿੱਟੂ ਜੀ ਤੇ ਬਿੱਟੂ ਜੀ ਦਾ ਪਰਿਵਾਰ ਰਾਜ਼ੀ ਨਹੀਂ ਹੋ ਸਕਦਾ ਤੇ ਮੇਰਾ ਖਿਆਲ ਹਿੰਦੁਸਤਾਨ ਚ ਕੋਈ ਵੀ ਪਰਿਵਾਰ ਕਾਂਗਰਸ ਨਾਲ ਰਾਜ਼ੀ ਨਹੀਂ ਕੀਤਾ ਜਾ ਸਕਦਾ। ਤੁਹਾਡੀ ਗੱਲ ਦੀ ਜਿਹੜੀ ਗੱਲ ਮੈਂ ਤੁਹਾਡੀ 2 ਮਿੰਟ ਚ ਗੱਲ ਕਰਨ ਲੱਗਾ, ਇਸ ਟਾਈਮ ਇਹ ਜਿਹੜੀ ਨਵੀਂ ਬਿਮਾਰੀ ਪਈ ਹੈ, 1 ਮਿੰਟ ਦੀ ਜਿਹੜੀ ਇਹ ਨਵੀਂ ਬਿਮਾਰੀ ਪਈ ਹੈ, ਕਿਸੇ ਟਾਈਮ ਇਹ ਪੋਲਟਰੀ ਫਾਰਮ ਰਨ ਕਰਨ ਵਾਲਿਆਂ ਨੂੰ ਪਤਾ ਹੈ ਕਿ ਕਈ ਵਾਰ ਕੁੱਕੜੀਆਂ ਨੂੰ ਰਾਤ ਚ ਫੀਡ ਪਾ ਕੇ ਜਾਈਦੀ ਸੀ ਤੇ ਸਵੇਰੇ ਆਉਂਦਿਆਂ ਨੂੰ ਸਾਰਿਆਂ ਨੇ ਧੌਣਾ ਛੁੱਟੀਆਂ ਹੁੰਦੀਆਂ ਸੀ। ਇਹ ਜਿਹੜੀ ਨਵੀਂ ਬਿਮਾਰੀ ਪਈ ਹੈ ਸਿਆਸਤਦਾਨਾਂ ਨੂੰ, ਹੁਣ ਤੁਹਾਡੇ ਨਾਲ ਬੈਠੇ ਹੁੰਦੇ, ਸਵੇਰੇ ਇਹਨਾਂ ਨੇ ਕਿਹਦੇ ਨਾਲ ਜਾ ਕੇ ਫੋਟੋ ਖਿਚਾ ਲੈਣੀ, ਇਹ ਤੇ ਮੇਰਾ ਖਿਆਲ ਉਹਨਾਂ ਨੂੰ ਨੀ ਪਤਾ। ਮੈਂ ਤੁਹਾਨੂੰ ਇਹਦਾ ਇੱਕ ਹਾਸੋ ਹੀ ਨਹੀਂ ਗੱਲ ਦੱਸਣਾ ਚਾਹੁੰਦਾ। ਕੱਲ ਪਰਸੋਂ ਸੁਸ਼ੀਲ ਰਿੰਕੂ ਜੀ ਜਿਹੜੇ 2 ਸਾਲਾਂ 3 ਪਾਰਟੀਆਂ ਬਦਲ ਗਏ, ਉਹਨਾਂ ਦੀ ਰਿੰਕੂ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਖੜੀ ਸੀ, ਉਹਨਾਂ ਕੋਲ ਟੀਵੀ ਵਾਲਿਆਂ ਨੇ ਸੰਦੇਸ਼ ਮੰਗਿਆ ਵੋਟਾਂ ਤੇ ਸੰਦੇਸ਼ ਕਰਦੇ ਕਰਦੇ ਉਹਨਾਂ ਨੇ ਵੋਟਾਂ ਆਪ ਦੀਆਂ ਮੰਗ ਲਈਆਂ। ਉਹਨਾਂ ਨੇ ਫਿਰ ਹੁੱਜ ਮਾਰ ਕੇ ਰਿੰਕੂ ਜੀ ਨੇ ਦੱਸਿਆ ਕਿ ਆਪਾਂ ਹੁਣ ਆਪ ਚ ਨਹੀਂ ਰਹੇ, ਆਪਾਂ ਹੁਣ ਫੁੱਲ ਵੱਲ ਚਲੇ ਗਏ। ਇਹ ਆ 2 ਦਿਨ ਦੀ ਗੱਲ। ਇਸ ਤੋਂ ਪਹਿਲੇ 4 ਦਿਨ ਪਹਿਲੇ ਪਟਿਆਲੇ ਦੀ ਇੱਕ ਸਟੇਜ ਤੇ ਇੱਕ ਵਰਕਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਨੀਤ ਜੀ ਦੇ ਨਾਲ ਕਾਂਗਰਸ ਚ ਬੀਜੇਪੀ ਚ ਗਿਆ ਸੀ, ਝੰਡਾ ਫੜਾਇਆ ਸੀ ਬੀਜੇਪੀ ਦਾ, ਲੜਾ ਰਿਹਾ ਸੀ ਸਟੇਜ ਤੋਂ ਖੱਬੇ ਸੱਜੇ ਤੇ ਨਾਰਾ ਲਾ ਰਿਹਾ ਸੀ ਕਾਂਗਰਸ ਜ਼ਿੰਦਾਬਾਦ, ਪੰਜੇ ਨੂੰ ਵੋਟਾਂ ਪਾ, ਉਹਨੂੰ ਖਿੱਚ ਕੇ ਵਿਚਾਰੇ ਨੂੰ ਉੱਥੋਂ ਲਾਇਆ ਪ੍ਰਨੀਤ ਕੌਰ ਜੀ ਸਟੇਜ ਉੱਤੇ। ਸੋ ਇਸ ਕਿਸਮ ਦੇ ਜਿਹੜੇ ਲੋਕ ਹੈ ਬੇਅਸੀਲ ਅਸੂਲੀ ਸਿਆਸਤ ਜਿਹੜੀ ਇਹਦੇ ਵਿੱਚ ਤੇ ਹੁਣ ਆਫ ਲੇਟ ਦੋਨੋਂ ਚੀਜ਼ਾਂ ਕੰਮ ਕਰ ਰਹੀਆਂ। ਸੈਂਟਰ ਦਾ ਪੈਸਾ ਡੀਪ ਪਾਕਿਟਸ ਨੇ ਬੀਜੇਪੀ ਦੀ, ਬੀਜੇਪੀ ਇਸ ਟਾਈਮ ਤੇ ਸਿਮਲਰ ਕਾਈਂਡ ਆਫ ਟੈਕਟਿਕ ਸੇਮ ਆਪ ਕਰ ਰਹੀ। ਮੇਰਾ ਸਪਲੀਮੈਂਟ ਛੋਟਾ ਜਿਹਾ, ਤੁਸੀਂ ਸਾਰੇ ਇੰਡੀਵਿਜੁਅਲ ਲੱਗੇ, ਮੇਰਾ ਇਹ ਨਹੀਂ ਹੈਗਾ। ਕੁਛ ਲੋਕ ਤੁਹਾਡੇ ਚਾਹੀਦੇ ਵੀ ਸੀਗੇ ਜਿਹੜੇ ਨਾ ਈਡੀ ਦੇ ਮੁਹਰੇ ਚੁੱਕੇ ਨਾ ਨਾ ਵਿਜੀਲੈਂਸ ਦੇ ਮੁਹਰੇ, ਆਸ਼ੂ ਹੋਰ, ਵਾਈ ਹੀ ਵਾਜ਼ ਇਗਨੋਰਡ। ਇੱਕ ਸੈਕਿੰਡ, ਮੈਨੂੰ ਕੰਪਲੀਟ ਕਰਨਾ, ਵਾਈ ਹੀ ਵਾਜ਼ ਇਗਨੋਰਡ।
ਜਿਸ ਵੇਲੇ ਕਿ ਦੋਨਾਂ ਪਾਸੇ ਨੂੰ ਚੁੱਕਿਆ ਔਰ ਤੁਹਾਡਾ ਲੋਕਲ ਵੀ ਤੁਸੀਂ ਅਗਰ ਥਰਡ ਫੈਮਿਲੀ ਚੋਂ ਅਗਰ ਤੁਸੀਂ ਸਮਝਦੇ ਹੋ ਕਿ ਲੋਕਲ ਕਾਂਗਰਸ ਤੁਹਾਡੇ ਨਾਲ ਹੈ ਔਰ ਬਹੁਤ ਲੋਕਾਂ ਨੇ ਫਰਸਟ੍ਰੇਸ਼ਨ ਹੈ ਕਿ ਦਿਸ ਮੈਨ ਇਜ਼ ਅਨ ਆਊਟਸਾਈਡਰ ਆਈ ਹੈਵ ਅ ਗ੍ਰੇਟ ਰਿਗਾਰਡ ਫਾਰ ਦਿਸ ਮੈਨ ਮੇਰੇ ਇਹਨਾਂ ਦਾ ਕੋਈ ਪਰਸਨਲ ਨਹੀਂ ਹੈ ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਜਿਹੜੀ ਪਬਲਿਕ ਕਹਿ ਰਹੀ ਕਿ ਇਹ ਆਊਟਸਾਈਡਰ ਹੈ ਅਗਰ ਇਹ ਆਊਟਸਾਈਡਰ ਦਾ ਟੈਗ ਲੱਗਿਆ ਰਿਹਾ ਅਤੇ ਔਰ ਇੱਕ ਆਦਮੀ ਜਿਹਨਾਂ ਮਤਲਬ ਇੰਡੀਜੈਂਟ ਵੀ ਔਰ ਵਿਜੀਲੈਂਸ ਨੇ ਵੀ ਜਿਹਨੇ ਚੱਕਰ ਦਿੱਤੀ ਤੁਸੀਂ ਵੀ ਸਪੋਰਟ ਕੀਤੀ ਮੈਂ ਨਹੀਂ ਕਹਿੰਦਾ ਨਹੀਂ ਤੁਸੀਂ ਵੀ ਸਪੋਰਟ ਕੀਤੀ ਸਾਰਿਆਂ ਨੇ ਕੀਤੀ ਵਾਈ ਹੀ ਵਾਜ਼ ਇਗਨੋਰਡ ਦੇਖੋ ਗੱਲ ਇਹ ਹੋਈ ਇਵਨ ਮੈਂ ਇਹਦੇ ਵਿੱਚ ਇਗਨੋਰਡ ਕਰਦਾ ਸੀ ਆਈ ਐਮ ਨਾਟ ਗੋਇੰਗ ਟੂ ਆਨਸਰ ਥੀਸ ਕਾਈਂਡ ਆਫ ਆਈ ਐਮ ਨਾਟ ਸਿਟਿੰਗ ਇਨ ਕੋਈ ਉਹ ਜਿਹੜਾ ਤੁਹਾਡਾ ਕੋਈ ਉਹ ਜੱਜਾਂ ਵਾਲਾ ਉਹਦੇ ਵਿੱਚ ਕਿ ਤੁਸੀਂ ਮੈਨੂੰ ਕਟਹਿ ਰਿਹਾ ਕਿ ਤੁਸੀਂ ਮੈਨੂੰ ਕਰੀ ਚੱਲੋ ਤਾਂ ਤੁਹਾਡੀ ਹਰ ਗੱਲ ਦਾ ਮੈਂ ਜਵਾਬ ਦਊਂ ਮੈਂ ਤੁਹਾਨੂੰ ਇੱਕੋ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਰ ਚੀਜ਼ ਅੰਡਰ ਕੰਸਿਡਰੇਸ਼ਨ ਪਾਰਟੀ ਹਾਈਕਮਾਂਡ ਨੇ ਲਈ ਜੇ ਪਾਰਟੀ ਨੇ ਕੰਸਿਡਰੇਸ਼ਨ ਚ ਲਈ ਆਸ਼ੂ ਜੀ ਆ ਸਾਡੇ ਵਰਕਿੰਗ ਪ੍ਰਧਾਨ ਨੇ ਹੁਣ ਜਿਹੜਾ ਕੌਣ ਆਇਆ ਜੀ ਪ੍ਰਧਾਨ ਆਇਆ ਸਾਡੇ ਪਾਰਟੀ ਇਸ ਆਦਮੀ ਨੂੰ ਜਿਹਨੇ ਪਿੱਠੇ ਛੁਰਾ ਮਾਰਿਆ ਗਦਾਰੀ ਕੀਤੀ ਹੈ ਪਾਰਟੀ ਨੇ ਫੈਸਲਾ ਕੀਤਾ ਗਦਾਰ ਨਹੀਂ ਕੀਤਾ ਦੇ ਵਰ ਨੰਬਰ ਆਫ ਪ੍ਰੋਬਲਮ ਉਸ ਨੂੰ ਸਰਮਾਊਂਡ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਇਹਦੇ ਨਾਲ ਸਾਰੇ ਬੰਦੇ ਚੱਲਣਗੇ ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਨੇ ਕੰਸਿਡਰ ਕਰਕੇ ਕੀਤੀਆਂ ਨੇ ਹੁਣ ਹੋਰ ਕੋਈ ਗੱਲ ਸਰ ਇੱਕ ਛੋਟਾ ਕੁਐਸਚਨ ਹੈ ਪਿੱਛੇ ਇੱਕ ਸੁਖਵਿੰਦਰ ਨਾਵਲ ਦਾ ਬਿਆਨ ਆਇਆ ਵਾ ਕਿ ਜੇ ਆਸ਼ੂ ਜੀ ਅੰਦਰ 7-8 ਮਹੀਨੇ ਦਾ ਲਾ ਕੇ ਆਏ ਨੇ ਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇਹ ਕਿੰਨੀ ਸੱਚਾਈ ਹੈ ਬਿੱਟੂ ਜੀ ਨੇ ਬਿੱਟੂ ਦਾ ਚਾਸ ਵਾਲਾ ਮੈਂ ਸਭ ਨਾਲ 100% ਸੱਚ ਮੈਂ ਕਲੋਜ਼ੈਸਟ ਬੰਦੇ ਜਿਹੜੇ ਨੇ ਕਿਹਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂ ਜੀ ਨੂੰ ਅੰਦਰ ਕਰਾਂ ਇਹ ਕੋਈ ਦੋ ਰਾਏ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ ਐਂਡ ਭਗਵੰਤ ਮਾਨ ਨੇ ਇਸ ਇਲੈਕਸ਼ਨ ਚ ਵੀ ਇਹਨੂੰ ਬੇਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਉਹ ਗੱਲ ਤੁਸੀਂ ਸਮਝ ਲਓ ਮੈਂ ਸਮਝਾਉਣਾ ਕੀ ਚਾਹੁੰਦਾ ਇਹ ਭਾਵੇਂ ਹੁਣ ਬਿਆਨ ਦੇਈ ਜਾਂਦਾ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੁਸੀਂ ਇਹ ਵਾਲਾ ਬਿਆਨ ਹੁਣ ਦੇ ਰਹੇ ਹੋ ਬਾਰ ਬਾਰ ਜਿਸ ਤਰ੍ਹਾਂ ਕਿ ਉਹ ਬਿੱਟੂ ਜੀ ਜਿਹੜੇ ਹੈ ਉਹ ਭਗਵੰਤ ਮਾਨ ਨਾਲ ਬਹੁਤ ਕਲੋਜ਼ ਰਹਿੰਦੇ ਚਾਰ ਵਾਰੀ ਗੱਲਬਾਤ ਹੁੰਦੀ ਸੀ ਬਿਲਕੁਲ ਇਹ ਸਾਰੀ ਗੱਲਾਂ ਜਦੋਂ ਤੱਕ ਬਿੱਟੂ ਜੀ ਬੀਜੇਪੀ ਤੇ ਗਏ ਉਸ ਤੋਂ ਬਾਅਦ ਹੀ ਕਿਉਂ ਕਰ ਰਹੇ ਹੋ ਨਹੀਂ ਨਹੀਂ ਉਸ ਤੋਂ ਪਹਿਲਾਂ ਕਿਉਂ ਨਹੀਂ ਕਦੀ ਹੋਈ ਉਸ ਤੋਂ ਪਹਿਲਾਂ ਤੁਸੀਂ ਕੀ ਸਮਝੋ ਤੁਹਾਨੂੰ ਪਤਾ ਨਹੀਂ ਜੀ ਮੈਂ ਵਿਧਾਨ ਸਭਾ ਚ ਗੱਲ ਚੁੱਕੀ ਇਹ ਵਿਧਾਨ ਸਭਾ ਜਿਹੜੀ ਜਿੱਦਣ ਮੇਰੀ ਬਹਿਸ ਹੋਈ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨਾਲ ਆਈ ਹੈਡ ਪਿਕਡ ਅਪ ਦਿਸ ਇਸ਼ੂ ਕਿ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਇਨ ਟੱਚ ਮੈਂ ਤਾਂ ਤੁਹਾਨੂੰ 100% ਬਿੱਟੂ ਦੀ ਦੱਸ ਰਿਹਾ ਅੱਜ ਵੀ ਬਿੱਟੂ ਚਾਰ ਵਾਰ ਗੱਲ ਉਸ ਵੇਲੇ ਤਾਂ ਕਾਂਗਰਸ ਸੀਗਾ ਕਾਂਗਰਸ ਦਾ ਕਾਂਗਰਸ ਦਾ ਤੁਸੀਂ ਛੱਡ ਕੇ ਵਿੱਚ ਪਾਰਲੀਮੈਂਟਰੀ ਬੋਰਡ ਦਾ ਕੁਛ ਦੇਰ ਜਿਹੜੀ ਲੋਕ ਸਭਾ ਦੇ ਵਿੱਚ ਪਾਰਟੀ ਹੈ ਸੁਖਜਿੰਦਰ ਰੰਧਾਵਾ ਨੇ ਇੱਕ ਇੰਟਰਵਿਊ ਚ ਕਿਹਾ ਕਿ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਸਤੰਬਰ ਅਕਤੂਬਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਬਿੱਟੂ ਬੀਜੇਪੀ ਚ ਜਾਏਗਾ ਤਾਂ ਰੰਧਾਵਾ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਐਕਸ਼ਨ ਲਓ ਪਹਿਲਾਂ ਕੋਈ ਐਕਸ਼ਨ ਲਿੱਤਾ ਜੇ ਤੁਹਾਨੂੰ ਪਤਾ ਸੀਗਾ ਕਿ ਬੀਜੇਪੀ ਜਾ ਰਹੇ ਇਹ ਗੱਲ ਸੁਣੋ ਇਹ ਗੱਲ ਤੇ ਹੁਣ ਰੰਧਾਵਾ ਸਾਹਿਬ ਨੇ ਜਦੋਂ ਕਹੀ ਹੈ ਤਾਂ ਸਾਨੂੰ ਪਤਾ ਲੱਗੀ ਹੋ ਸਕਦਾ ਉਹਨਾਂ ਦੀ ਗੱਲ ਰਾਹੁਲ ਜੀ ਨਾਲ ਹੋਈ ਹੋਵੇ ਰਾਹੁਲ ਜੀ ਨਾਲ ਕੋਈ ਗੱਲ ਉਹਨਾਂ ਨੂੰ ਕਹੀ ਹੋਵੇ ਵਿੱਚ ਆਈ ਐਮ ਨਾਟ ਅਵੇ ਉਹ ਵੀ ਗੱਲ ਮੇਰੀ ਵੀ ਇਸ ਤਰ੍ਹਾਂ ਹੀ ਨੋਟਿਸ ਆਈ ਜਿਸ ਤਰ੍ਹਾਂ ਹੁਣ ਤੁਹਾਡੇ ਨੋਟਿਸ ਕੱਲ ਰਮਨੀਤ ਸਿੰਘ ਬਿੱਟੂ ਇੱਕ ਧਾਰਮਿਕ ਪ੍ਰੋਗਰਾਮ ਤੇ ਗਏ ਸੀ ਉੱਥੇ ਰਾਜਾ ਵੜਿੰਗ ਜੀ ਵੀ ਗਏ ਇੱਕ ਜੱਫੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਵਿਪਕਸ਼ ਨੂੰ ਰਾਜਾ ਵੜਿੰਗ ਜੀ ਨੇ ਕੁਝ ਜੱਫੀ ਪਾਈ ਹੈ ਰਮਨੀਤ ਬਿੱਟੂ ਨੂੰ
ਸਵਾਲ ਚੁੱਕੇ ਜਾ ਰਹੇ ਨੇ ਵੀਡੀਓ ਵਾਇਰਲ ਲੁਧਿਆਣੇ ਤੇ ਕੱਲ ਸ਼ਾਮ ਨੂੰ ਲੁਧਿਆਣੇ ਦੀ ਕੱਲ ਦੀ ਵੀਡੀਓ ਹੈ ਨਹੀਂ ਕੀ ਉਹ ਕਿਸੇ ਪ੍ਰੋਗਰਾਮ ਚ ਜੱਫੀ ਵਾਲੇ ਦੋਨਾਂ ਨੇ ਆਪਣੇ ਇਹਦੇ ਰਾਜਾ ਬੜਿੰਗ ਨੇ ਜੱਫੀ ਪਾਈ ਆਈ ਪਰ ਉਸ ਪ੍ਰੋਗਰਾਮ ਚ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਇੱਕ ਜੱਫੀ ਪਾਰੀ ਸਿਆਸੀ ਬੰਦੇ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਉੱਤੇ ਪੈ ਹੀ ਜਾਂਦੀਆਂ ਨੇ ਜੱਫੀ ਦੀ ਕਿਹੜੀ ਗੱਲ ਹੈ ਪੱਪੀ ਕਹਿੰਦਾ ਮੇਰਾ ਨਾਂ ਹੀ ਪੱਪੀ ਪੱਪੀ ਤੇ ਸਿਆਸਤ ਚ ਚੱਲਦੀ ਚੱਲਦੀ ਕੋਈ ਏਡੀ ਗੱਲ ਨਹੀਂ ਗੱਲ ਸਵਾਲ ਚੱਕਿਆ ਜਾ ਰਿਹਾ ਕਹਿੰਦੇ ਨੇ ਕਿ ਪਹਿਲਾਂ ਮਨੀਸ਼ ਤਿਵਾੜੀ ਲੁਧਿਆਣਾ ਤੋਂ ਲੜੇ ਉਹ ਛੱਡ ਕੇ ਲੁਧਿਆਣਾ ਨੂੰ ਚਲੇ ਗਏ ਫਿਰ ਰਪੀਤ ਬਿੱਟੂ ਦੋ ਵਾਰੀ ਜਿਤਾਇਆ ਉਹ ਬੀਜੇਪੀ ਚਲੇ ਗਏ ਹੁਣ ਰਾਜਾ ਬਰਿੰਗ ਨੂੰ ਉਤਾਰਿਆ ਉਹ ਵੀ ਇੱਕ ਬਾਹਰੀ ਦਾ ਜਿਹੜਾ ਲੋਕ ਜਿਹੜੇ ਵਰਕਰ ਨੇ ਮਹਿਸੂਸ ਨੇ ਕਹਿੰਦੇ ਨੇ ਕਿ ਅਗਰ ਕੱਲ ਨੂੰ ਫਿਰ ਇਸ ਤਰ੍ਹਾਂ ਦਾ ਮੌਕਾ ਆਇਆ ਤਾਂ ਫਿਰ ਵਰਕਰ ਕਿਤੇ ਜਾਏ ਕਹਿੰਦਾ ਜਿਹੜਾ ਪ੍ਰਧਾਨ ਹੁੰਦਾ ਉਹ ਕੋਈ ਬਾਹਰ ਲਾ ਨਹੀਂ ਪ੍ਰੈਸ ਵਾਲੇ ਨਾਰਾ ਲਾਈ ਜਾਂਦਾ ਮੈਨੂੰ ਤੇ ਕਿਸੇ ਨੇ ਕਿਹਾ ਨੀ ਮੈਨੂੰ ਤੇ ਹਰ ਮੈਨੂੰ ਨਾ ਵਰਕਰ ਕਿਸੇ ਨੇ ਨੀ ਕਿਹਾ ਮੈਨੂੰ ਕਿਸੇ ਵਰਕਰ ਨੇ ਨੀ ਕਿਹਾ ਸੋ ਵਰਕਰ ਨੇ ਤੇ ਸ਼ੁਗਰ ਮਨਾਇਆ ਸ਼ੁਗਰ ਮਨਾਇਆ ਪੋਸਟਾਂ ਪਵਾਈਆਂ ਜਾਂਦੀਆਂ ਓਕੇ ਠੀਕ ਹੈ।